ਹਲੋ ਹਰਪ੍ਰੀਤ ਸਿੰਘ ਜੀ, ਵਾਹਿਗੁਰੂ। ਤੁਸੀਂ ਆਏ ਆ, ਥੋੜਾ ਜਿਹਾ ਬਹੁਤ ਵਧੀਆ ਕੀਤਾ ਗੁਰੂ ਸਾਹਿਬ ਨੇ। ਤੁਸੀਂ ਸੱਚਖੰਡ ਗਏ ਆ, ਗੁਰੂ ਸਾਹਿਬ ਨੇ ਤੁਹਾਨੂੰ ਖੜਿਆ 3 ਵਾਰੀ, ਤੇ ਹਾਂਜੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਹੁਣ ਭਾਈ ਸਾਹਿਬ, ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ, ਤੁਸੀਂ ਸੱਚਖੰਡ ਦੇਖਿਆ ਆ ਆਪਣੀ ਅੱਖਾਂ ਦੇ ਨਾਲ, ਤੁਹਾਡਾ ਉਹ ਐਕਸਪੀਰੀਅੰਸ ਆ, ਤੁਸੀਂ ਥੋੜਾ ਜਿਹਾ ਸੰਗਤ ਨੂੰ ਜ਼ਰੂਰ ਦੱਸੋ ਕਿ ਕਿਵੇਂ ਗੁਰੂ ਸਾਹਿਬ ਲੈ ਕੇ ਗਏ ਸੀ, ਕਿਵੇਂ ਤੁਸੀਂ ਸੱਚਖੰਡ ਗਏ, ਸਾਰਾ ਕੁਝ, ਸਾਰਾ ਨਜ਼ਾਰਾ ਕਿਵੇਂ ਦੇਖਿਆ ਉੱਥੇ, ਕੀ ਕਰ ਰਹੇ ਸੀ। ਫਸਟ ਟਾਈਮ ਜਦ ਮੇਰੇ ਨਾਲ ਇਹ ਚੀਜ਼ ਵਾਪਰੀ ਤਾਂ ਮੈਂ ਅਨਮੈਰਿਡ ਹੈਗਾ ਸੀ। ਇਹ 12-13 ਸਾਲ ਪਹਿਲੇ ਦੀ ਗੱਲ ਹੈਗੀ ਹੈ ਜਦ ਮੈਂ ਸੰਗਤ ਲੈਣੇ ਜੁਆਇਨ ਕੀਤੀ ਸੀ, ਤੇ ਮੈਂ ਬਸੂਆ ਪਿੰਡ ਗਿਆ ਸੀ ਫਸਟ ਟਾਈਮ ਸਮਾਗਮ ਤੇ। ਉੱਥੇ ਮੈਂ ਅੰਮ੍ਰਿਤ ਛਕਿਆ ਸੀ। ਉਹਦੇ ਉਪਰੰਤ ਜਦ ਮੈਂ ਕਾਨਪੁਰ ਵਾਪਿਸ ਆਇਆ ਸੀ ਤਾਂ ਮੈਂ ਸਿਮਰਨ ਕਰਦੇ ਕਰਦੇ ਅਚਾਨਕ ਮੇਰੇ ਅੰਦਰੋਂ ਪਤਾ ਨੀ ਵਾਈਬ੍ਰੇਸ਼ਨ ਹੋਈ ਔਰ ਮੇਰੀ ਰੂਹ ਬਾਹਰ ਨਿਕਲ ਗਈ ਤੇ ਮੈਂ ਉਸ ਸਮੇਂ ਡਰ ਗਿਆ ਸੀ। ਫਿਰ ਮੈਂ ਤੁਰੰਤ ਵਾਹਿਗੁਰੂ ਸਿਮਰਨ ਚਾਲੂ ਕਰ ਦਿੱਤਾ। ਫਿਰ ਮੈਂ ਭਾਈ ਸਾਹਿਬ ਨੂੰ ਫੋਨ ਮਿਲਾਇਆ ਕਿ ਭਾਈ ਸਾਹਿਬ ਮੇਰੇ ਐਸੀ ਚੀਜ਼ ਵਾਪਰੀ। ਫਿਰ ਰੈਗੂਲਰ ਭਾਈ ਸਾਹਿਬ ਮੇਰੇ ਨਾਲ ਕਨੈਕਟ ਰਹੇ। ਫਿਰ ਉਹਨਾਂ ਨੂੰ ਮੈਨੂੰ ਦੱਸਿਆ ਕਿ ਨਹੀਂ ਤੂੰ ਸਮਾਗਮ ਪੰਜਾਬ ਰੈਗੂਲਰ ਆਇਆ ਕਰ ਤੇ ਆਪਾਂ ਥੋੜਾ ਹੋਰ ਗੁਰੂ ਸਾਹਿਬ ਨੂੰ ਪ੍ਰਚਾਰ ਕਰਕੇ ਐਵੇਂ ਹੀ ਵਧਾਂਗੇ। ਕਈ ਐਸੀ ਚੀਜ਼ਾਂ ਹੈਗੀਆਂ ਸਨ ਜਿਵੇਂ ਮੈਂ ਗੁਰੂ ਸਾਹਿਬ ਮੈਨੂੰ ਪੁਰੀਆਂ ਲੈ ਗਏ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਨਰਕਾਂ ਤੇ ਲੈ ਗਏ। ਉੱਥੇ ਧਰਮਰਾਜ ਨਾਲ ਗੱਲ ਕੀਤੀ, ਸਾਰਿਆਂ ਨਾਲ ਮੈਂ ਗੱਲ ਕੀਤੀ ਤੇ ਇਹ ਆਪਣਾ ਇੱਕ ਐਕਸਪੀਰੀਅੰਸ ਮੈਂ ਸ਼ੇਅਰ ਕਰ ਰਿਹਾ ਵਾਂ ਕਿ ਜਦ ਬੰਦੇ ਦੇ ਅੰਦਰੋਂ ਰੂਹ ਨਿਕਲਦੀ ਹੈ, ਤੁਹਾਡੇ ਬਗਲ ਤੇ ਦੋ ਭਾਈ ਸਾਹਿਬ ਖਲੋਤੇ ਹੋਣਗੇ, ਤੁਸੀਂ ਉਹਨਾਂ ਦੇ ਬੇਨਤੀ ਕਰੋਗੇ ਕਿ ਭਾਈ ਸਾਹਿਬ ਜੀ ਮੈਨੂੰ ਸੱਚਖੰਡ ਲੈ ਜਾਓ ਜਾਂ ਭਾਈ ਸਾਹਿਬ ਜੀ ਮੈਨੂੰ ਨਰਕਾ ਦੇ ਦਰਸ਼ਨ ਕਰਾਓ, ਨਰਕਾ ਚ ਹਾਂਜੀ, ਲੈ ਬਗਲ ਜਾਓ। ਦਾ ਮਤਲਬ ਜਦੋਂ ਮੈਂ ਦੱਸਦਿਆਂ ਸੰਗਤ ਨੂੰ, ਲੈਫਟ ਰਾਈਟ ਤੁਹਾਡੇ ਦੋ ਸ਼ਹੀਦ ਸਿੰਘ ਖੜੇ ਹੋਣਗੇ ਜਾਂ ਕੋਈ ਵੀ ਸਿੰਘ ਖੜੇ ਹੋਣਗੇ ਤੁਹਾਡੇ, ਕਿਉਂਕਿ ਭਾਈ ਸਾਹਿਬ ਕਾਨਪੁਰ ਤੋਂ, ਥੋੜਾ ਜਿਹਾ ਕਈ ਵਾਰ ਹਿੰਦੀ ਯੂਜ਼ ਕਰ ਜਾਂਦੇ ਵਿੱਚ, ਤੁਹਾਡੀ ਬਗਲ ਮਤਲਬ ਤੁਹਾਡੇ ਲੈਫਟ ਰਾਈਟ ਤੁਹਾਡੇ ਦੋ ਸਿੰਘ ਖੜੇ ਹੋਣਗੇ ਜਦੋਂ ਵੀ ਤੁਹਾਡੀ ਸੁਰਤੀ ਲੱਗੂਗੀ ਸੱਚਖੰਡ ਜਾਣ ਤੋਂ ਪਹਿਲਾਂ। ਹਾਂਜੀ, ਅੱਗੇ ਭਾਈ ਸਾਹਿਬ ਬੋਲੋ। ਫਿਰ ਤੁਸੀਂ ਜਦ ਉਹਨਾਂ ਨੂੰ ਬੇਨਤੀ ਕਰੋਗੇ ਤੇ ਜਿਹੜੇ ਭਾਈ ਸਾਹਿਬ ਹੈਗੇ ਨੇ ਤੁਹਾਨੂੰ ਸੱਚਖੰਡ ਲੈ ਜਾਣਗੇ, ਬਾਹਰ ਦਸਵੇਂ ਪਿਤਾ ਬੈਠੇ ਨੇ, ਤੁਸੀਂ ਉਹਨਾਂ ਦੇ ਪੈਰ ਚੁੰਮਨੇ ਨੇ, ਗੁਰੂ ਸਾਹਿਬ ਦੇ ਗਲਵਖੜੀ ਲਾਂਗੇ, ਗੁਰੂ ਸਾਹਿਬ ਤੁਹਾਨੂੰ ਝੋਲੀ ਤੇ ਬਿਠਾਵਾਂਗੇ ਆਪਣੀ, ਪਿਆਰ ਕਰਾਂਗੇ। ਫਿਰ ਗੁਰੂ ਸਾਹਿਬ ਨੂੰ ਬੇਨਤੀ ਸਰੂਪ ਨਿਮਰਤਾ ਕਰਨੀ, ਗੁਰੂ ਸਾਹਿਬ ਜੀ ਮੈਨੂੰ ਸੱਚਖੰਡ ਅੰਦਰ ਜਾਣ ਦੀ ਆਗਿਆ ਬਖਸ਼ੋ, ਅੰਦਰ ਗੁਰੂ ਸਾਹਿਬ ਸੱਚਖੰਡ ਲੈ ਜਾਵਾਂਗੇ, ਅੰਦਰ ਨਿਰੋਲ ਸੰਗਤ ਬੈਠੀ ਹੈ, ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਹੀ ਸਾਰੇ ਬ੍ਰਹਮੰਡ ਤੇ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਹੀ ਸੰਗਤ ਉੱਤੇ ਪ੍ਰਕਾਸ਼ਮਾਨ ਬੈਠੀ ਹੋਈ ਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਚੋਰ ਸਾਹਿਬ ਕਰ ਰਹੇ ਨੇ, ਚਾਰ ਸਾਹਿਬਜ਼ਾਦੇ ਬੈਠੇ ਨੇ, ਗੁਰਮੁਖ ਪਿਆਰੇ ਬੈਠੇ ਨੇ, ਭਗਤ ਜਨ ਬੈਠੇ ਨੇ, 8 ਪਾਤਸ਼ਾਹੀਆਂ ਬੈਠੀਆਂ ਨੇ। ਉੱਥੋਂ ਦੀ ਤੁਸੀਂ ਗੁਰੂ ਸਾਹਿਬ ਦੀ ਗਾਈਡੈਂਸ ਲੈ ਕੇ ਹਰ ਚੀਜ਼ ਕਰ ਸਕਦੇ ਹੋ। ਜਿੱਥੇ ਗੁਰੂ ਨਾਨਕ ਪਾਤਸ਼ਾਹ ਚੋਰ ਸਾਹਿਬ ਕਰ ਰਹੇ ਨੇ, ਤੁਸੀਂ ਉਹਨਾਂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਵੀ ਪੜ੍ਹ ਸਕਦੇ ਹੋ। ਈਵਨ ਮੇਰੇ ਨਾਲ ਇਹ ਐਕਸਪੀਰੀਅੰਸ ਹੋਇਆ ਵੇ ਕਿ ਮੈਂ ਜਦ ਧਰਤੀ ਤੇ ਸੀ ਤੇ ਮੈਂ ਗੁਰਬਾਣੀ ਪੜ੍ਹਦਾ ਪਿਆ ਸੀ, ਪੜ੍ਹਦੇ ਪੜ੍ਹਦੇ ਮੇਰੀ ਸੁਰਤੀ ਲੱਗ ਗਈ ਤੇ ਉਹੀ ਗੁਰਬਾਣੀ ਮੇਰੇ ਨਾਲ ਸੱਚਖੰਡ ਗਈ ਜਿਹੜੀ ਪੋਥੀ ਪਕੜੀ ਹੋਈ ਸੀ। ਬਕਾਇਦਾ ਮੈਂ ਬਹਿ ਕੇ ਸੱਚਖੰਡ ਬਹਿ ਕੇ ਬਾਣੀ ਵੀ ਪੜ੍ਹੀ ਹੈ। ਉੱਥੇ ਨਿਰੋਲ ਸਿਮਰਨ ਹੁੰਦਾ ਵੇ, ਵਾਹਿਗੁਰੂ ਸਿਮਰਨ ਹੋ ਰਿਹਾ, ਸਾਰੇ ਬਾਣੇ ਤੇ ਬੈਠੇ ਨੇ ਤੇ ਤੁਸੀਂ ਉੱਥੇ ਜਾ ਕੇ ਗੁਰੂ ਸਾਹਿਬ ਨਾਲ ਸੇਵਾ ਸੰਭਾਲ ਸਕਦੇ ਹੋ। ਜੋ ਵੀ ਸੇਵਾ ਕਰਨੀ ਤੁਸੀਂ ਕਰ ਸਕਦੇ ਹੋ ਗੁਰੂ ਸਾਹਿਬ ਦੀ ਆਗਿਆ ਲੈ ਕੇ। ਸਾਰੀ ਕੰਟਰੋਲਿੰਗ ਪਾਵਰ ਸੱਚਖੰਡ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਹੀ ਹੋ ਰਹੀ। ਹਾਂਜੀ, ਬਹੁਤ ਧੰਨਵਾਦ ਵਾਹਿਗੁਰੂ ਜੀ। ਤੇ ਇਹ ਵੀ ਤੁਸੀਂ ਦੱਸਣਾ ਥੋੜਾ ਜਿਹਾ ਕਿ ਤੁਸੀਂ ਫਿਰ ਕਿਵੇਂ ਟੁੱਟ ਗਏ ਤੇ ਫਿਰ ਦੁਬਾਰੇ ਕਿਵੇਂ ਜੁੜੇ। ਹਾਂ, ਮੇਰੇ ਕੋਲ ਅਗਿਆਨਤਾ ਵਜੋਂ ਗਲਤੀ ਹੋ ਗਈ ਕਿਉਂਕਿ ਸ਼ਾਇਦ ਭੁੱਲਣ ਅੰਦਰ ਸਭ ਕੁਛ ਭੁੱਲ ਗੁਰੂ ਕਰਤਾਰ, ਬਾਣੀ ਦਾ ਗਿਆਨ ਨਾ ਹੋਣ ਕਰਕੇ ਕੁਛ ਮੈਂ ਐਸੀ ਅਰਦਾਸਾਂ ਕਰ ਦਿੱਤੀਆਂ ਨੇ ਜੋ ਸ਼ਾਇਦ ਉਸ ਸਮੇਂ ਮੇਰੀ ਅਗਿਆਨਤਾ ਵਜੋਂ ਸਹੀ ਨਹੀਂ ਸਨ ਤੇ ਮੇਰਾ ਦਸਮ ਦੁਆਰ ਉੱਥੇ ਟੁੱਟ ਗਿਆ ਸੀ। ਫਿਰ ਮੈਂ ਬੜੀ ਬੇਨਤੀ ਕੀਤੀ, ਸੰਗਤ ਕੀਤੀ, ਅੰਮ੍ਰਿਤ ਵੇਲਾ ਕੀਤਾ ਤੇ ਫਿਰ ਦੁਬਾਰਾ ਸੰਗਤ ਜਦ ਕਾਨਪੁਰ ਆਈ ਸੀ ਪੰਜਾਬ ਦੀ ਤੇ ਫਿਰ ਮੈਂ ਸਾਰੀ ਸੰਗਤ ਦੇ ਚਰਨਾਂ ਤੇ ਬੇਨਤੀ ਕੀਤੀ ਕਿ ਮੇਰੇ ਕੋਲ ਜੋ ਗਲਤੀ ਹੋ ਗਈਆਂ ਨੇ ਗੁਰੂ ਸਾਹਿਬ ਭੁੱਲਣ, ਹਰ ਜੀਵ ਨੂੰ ਬਖਸ਼ ਦਿੰਦੇ ਨੇ ਤੇ ਗੁਰੂ ਸਾਹਿਬ ਬਖਸ਼ ਸਕਦੇ ਨੇ ਤੇ ਸਾਰੀ ਸੰਗਤ ਨੇ ਸੰਗਤੀ ਅਰਦਾਸ ਕੀਤੀ ਸੀ ਭਾਈ ਮਨਮੀਤ ਸਿੰਘ ਜੀ ਦੇ ਘਰ ਤੇ ਜਿਸ ਸਮੇਂ ਹੀ ਅਰਦਾਸ ਹੋਈ ਸੀ ਐਟ ਪ੍ਰੈਜੈਂਟ ਟਾਈਮ ਉਸ ਸਮੇਂ ਹੀ ਸੁਰਤੀ ਜੁੜ ਗਈ ਔਰ ਉਸ ਸਮੇਂ ਦੁਬਾਰਾ ਗੁਰੂ ਸਾਹਿਬ ਦੇ ਪ੍ਰਕਾਸ਼ ਹੋ ਕੇ ਦਰਸ਼ਨ ਦੀਦਾਰੇ ਹੋ ਗਏ। ਫਿਰ ਉਹਦੇ ਬਾਅਦ ਮੈਂ ਔਰ ਭਾਈ ਸਾਹਿਬ ਨੇ ਮਿਲ ਕੇ ਕੰਟੀਨਿਊ 1 ਸਾਲ ਸੇਵਾ ਕੀਤੀ ਸੂਖਸ਼ਮ ਰੂਪ ਤੇ ਔਰ ਸਥੂਲ ਰੂਪ ਤੇ। ਜਿਹਨੂੰ ਬੁਲਾਉਣਾ ਸੀ ਸੱਚਖੰਡ ਤੋਂ ਬੁਲਾ ਲੈਂਦੇ ਸਨ, ਜਿਹਨੂੰ ਸਰੀਰ ਤੇ ਪ੍ਰਵੇਸ਼ ਕਰਕੇ ਗੱਲਬਾਤ ਕਰਨੀ ਸੀ ਗੱਲਬਾਤ ਕਰ ਸਕਦੇ ਸਨ। ਈਵਨ ਦਿੱਲੀ ਤੇ ਡਾਕਟਰ ਸਾਹਿਬ ਹੈਗੇ ਸਨ, ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ
ਤੇ ਆਪਾਂ ਉਹਨਾਂ ਦੀ ਵਾਈਫ ਨੂੰ ਵੀ ਮੈਂ ਆਪਣੇ ਸਰੀਰ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੁਲਾਇਆ ਸੀ ਤੇ ਭਾਈ ਸਾਹਿਬ ਨੇ ਜਦ ਗੱਲਬਾਤ ਕਰਾਈ ਸੀ ਤੇ ਦਿੱਲੀ ਵਾਲੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਤੇ ਕਾਫੀ ਦੇਰ ਗੱਲਬਾਤ ਹੁੰਦੀ ਰਹੀ ਉਹਨਾਂ ਦੀ ਸਿੰਘ ਨੀ ਜੋ ਇਸ ਸਮੇਂ ਸੱਚਖੰਡ ਹੈਗੇ ਨੇ ਤੇ ਡਾਕਟਰ ਸਾਹਿਬ ਦੀ ਹਾਂਜੀ ਵਾਹਿਗੁਰੂ ਇਹ ਮੈਂ ਤੁਹਾਨੂੰ ਬੇਨਤੀ ਕਰਾਂ ਜੇ ਤੁਸੀਂ ਮਾਈਂਡ ਨਾ ਕਰੋ ਤੁਸੀਂ ਇਹ ਸੰਗਤ ਨੂੰ ਜ਼ਰੂਰ ਦੱਸੋਗੇ ਤੁਸੀਂ ਕਿਹੜੀ ਕਿਹੜੀ ਅਰਦਾਸ ਕੀਤੀ ਕਿਉਂਕਿ ਉਹ ਇੱਕ ਐਕਸਪੀਰੀਅੰਸ ਬਣੂਗਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਿ ਤੁਸੀਂ ਕਿਹੜੀਆਂ ਅਰਦਾਸਾਂ ਕਰ ਬੈਠੇ ਜਿਹੜੀਆਂ ਜਿਨ੍ਹਾਂ ਦਾ ਕਰਕੇ ਤੁਹਾਨੂੰ ਬਾਅਦ ਵਿੱਚ ਉਹਦਾ ਨੁਕਸਾਨ ਝੱਲਣਾ ਪਿਆ ਮੈਂ ਸ਼ਾਇਦ ਕਾਫੀ ਟਾਈਮ ਹੋ ਗਿਆ ਵੇ ਮੈਂ ਸ਼ਾਇਦ ਇਹ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਜੀ ਮੈਨੂੰ ਇੰਨੀ ਤਾਕਤ ਬਖਸ਼ੋ ਕਿ ਮੈਂ ਗਰੀਬਾਂ ਦੀ ਮਦਦ ਲਈ ਇੱਕ ਹੋਸਪਿਟਲ ਖੋਲ ਸਕਾਂ ਔਰ ਕਈ ਐਸੀ ਚੀਜ਼ਾਂ ਹੈਗੀਆਂ ਸਨ ਜਿਹੜੀ ਮੈਂ ਅਰਦਾਸਾਂ ਕੀਤੀਆਂ ਸਨ ਬਾਅਦ ਨੂੰ ਜਦ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ ਤੇ ਭਾਈ ਸਾਹਿਬ ਕਹਿੰਦੇ ਨੇ ਹਰ ਬੰਦਾ ਆਪਣੇ ਕਰਮਾਂ ਕਰਕੇ ਹੋਸਪਿਟਲਾਈਜ਼ ਹੈ ਹਾਂਜੀ ਤੇ ਤੂੰ ਜੇ ਅਰਦਾਸ ਕਰਨੀ ਸੀ ਕਿਸੇ ਗੁਰਮੁਖ ਪਿਆਰੇ ਦੀ ਕਰਦਾ ਤੂੰ ਮਨਮੁੱਖਾਂ ਲਈ ਅਰਦਾਸ ਕਰ ਦਿੱਤੀ ਕਿ ਮੈਨੂੰ ਹੋਸਪਿਟਲ ਚਾਹੀਦਾ ਜਾਂ ਇਹ ਚਾਹੀਦਾ ਜਾਂ ਉਹ ਚਾਹੀਦਾ ਵੇ ਹਾਂਜੀ ਇਵਨ ਬਹੁਤ ਵਧੀਆ ਮੇਰੀ ਜਿਹੜੀ ਐਕਸਪੀਰੀਅੰਸ ਹੈਗੀ ਸੀ ਮੈਂ ਮਾਇਆ ਨਾਲ ਵੀ ਕਾਫੀ ਦੇਰ ਮੇਰੀ ਗੁਰੂ ਸਾਹਿਬ ਨਾਲ ਗੱਲ ਕਰਵਾਉਂਦੇ ਰਹੇ ਭਾਈ ਸਾਹਿਬ ਰਿੱਧੀ ਸਿੱਧੀ ਨਾਲ ਵੀ ਗੱਲਬਾਤ ਹੁੰਦੀ ਰਹੀ ਕਾਫੀ ਗੱਲਬਾਤ ਹੁੰਦੀ ਰਹੀ ਜਿਉਂ ਜਿਉਂ ਬਾਣੀ ਵਿਚਾਰ ਕਰਦਾ ਗਿਆ ਨਾ ਤਿਉਂ ਤਿਉਂ ਐਕਸਪੀਰੀਅੰਸ ਗੁਰੂ ਸਾਹਿਬ ਵਧਾਉਂਦੇ ਗਏ ਫਿਰ ਉਹ ਚੀਜ਼ਾਂ ਦੁਬਾਰਾ ਦਿੱਕਤ ਨਹੀਂ ਹੋਈਆਂ ਬਟ ਜਿਉਂ ਜਿਉਂ ਜਦੋਂ ਜਦੋਂ ਟੁੱਟ ਗਏ ਮੈਨੂੰ ਵੀ ਯਾਦ ਆ ਉਸ ਟਾਈਮ ਤੇ ਮੈਂ ਵੀ ਉੱਥੇ ਹਾਜ਼ਰ ਹਾਂ ਸੰਗਤ ਵਿੱਚ ਤੇ ਜਦੋਂ ਅਰਦਾਸ ਕੀਤੀ ਸੀ ਹਲੇ ਨਾ ਮਤਲਬ ਸਾਰਿਆਂ ਨੂੰ ਬਿਠਾਇਆ ਸੀ ਜਦੋਂ ਕਹਿੰਦੇ ਕਿ ਅੱਜ ਆਪਾਂ ਅਰਦਾਸ ਕਰਨੀ ਆ ਕਿ ਹਰਪ੍ਰੀਤ ਸਿੰਘ ਨੂੰ ਗੁਰੂ ਸਾਹਿਬ ਸੱਚਖੰਡ ਲੈ ਜਾਣ ਤੇ ਹਰਪ੍ਰੀਤ ਸਿੰਘ ਨੂੰ ਲੈ ਵੀ ਗਿਆ ਗੁਰੂ ਸਾਹਿਬ ਮਤਲਬ ਹਲੇ ਅਰਦਾਸ ਲਈ ਸ਼ਾਇਦ ਸੰਗਤ ਤਿਆਰ ਹੀ ਹੋ ਰਹੀ ਸੀ ਸਾਵਧਾਨ ਹੀ ਹੋ ਰਹੀ ਸੀ ਕਿ ਉੱਥੇ ਮੈਨੂੰ ਪਤਾ ਆ ਕਿ ਗੱਲ ਹੋਈ ਕਿ ਗੁਰੂ ਸਾਹਿਬ ਨਾਮ ਹੀ ਲਿੱਤਾ ਗਿਆ ਸੀ ਤੇ ਉਸੇ ਸਮੇਂ ਗੁਰੂ ਸਾਹਿਬ ਨੇ ਤੁਰੰਤ ਬਖਸ਼ਿਸ਼ ਕਰ ਦਿੱਤੀ ਸੀ ਕਿਉਂਕਿ ਸੰਗਤ ਦੀ ਅਰਦਾਸ ਗੁਰੂ ਸਾਹਿਬ ਨਹੀਂ ਮੁੜਦੇ ਹਾਂਜੀ ਹਾਂਜੀ ਮਤਲਬ ਗੁਰੂ ਸਾਹਿਬ ਇੰਨੇ ਤਤਪਰ ਰਹਿੰਦੇ ਆ ਸੰਗਤ ਦੀ ਅਰਦਾਸ ਲਈ ਹਲੇ ਨਾਂ ਲਿਆ ਪਿਆ ਮੈਂ ਸਾਰੀ ਸੰਗਤ ਅਰਦਾਸ ਕਰਾਂਗੇ ਤੇ ਗੁਰੂ ਸਾਹਿਬ ਹਰਪ੍ਰੀਤ ਨੂੰ ਸੱਚਖੰਡ ਲੈ ਵੀ ਗਿਆ ਹਰਪ੍ਰੀਤ ਫਿਰ ਡਿੱਗਾ ਪਿਆ ਮੈਂ ਬੋਡੀ ਆਪ ਆਪਣੀ ਅੱਖੀਂ ਵੀ ਦੇਖੀ ਤੁਹਾਡੀ ਉੱਥੇ ਪਰ ਫਿਰ ਜਦੋਂ ਤੁਸੀਂ ਜੁੜ ਕੇ ਫਿਰ ਸੈਕਿੰਡ ਟਾਈਮ ਕਿਵੇਂ ਟੁੱਟੇ ਉਹ ਵੀ ਥੋੜਾ ਸੰਗਤ ਨੂੰ ਦੱਸੋ ਕਿਉਂਕਿ ਕੱਲ ਵਾਹਿਗੁਰੂ ਸਵਾਲ ਆਇਆ ਸੰਗਤ ਦਾ ਪਰ ਸੰਗਤ ਕਾਫੀ ਮੈਂ ਦੇਖਦਾ ਆ ਪਤਾ ਮੈਨੂੰ ਤੇ ਕਾਫੀ ਐਕਸਪੀਰੀਅੰਸ ਕਰਾਤਾ ਗੁਰੂ ਸਾਹਿਬ ਨੇ ਮੈਂ ਤੇ ਕੱਲ ਫਿਰ ਉਹਨਾਂ ਨੇ ਸ਼ਬਦ ਵੀ ਇੱਕ ਸੈਂਡ ਕੀਤਾ ਹੈ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ ਟੁੱਟ ਟੁੱਟ ਕੇ ਜਿਹੜੇ ਗੁਰੂ ਸਾਹਿਬ ਨਾਲ ਜੁੜ ਗਏ ਫਿਰ ਵੀ ਗੁਰੂ ਸਾਹਿਬ ਦਾ ਪਿਆਰ ਹੀ ਅੰਦਰ ਗੁਰੂ ਸਾਹਿਬ ਨਾਲ ਜੁੜੇ ਰਹੇ ਔਰ ਇੱਕ ਦਿਨ ਸੱਚੀ ਜਨਮ ਮਰਨ ਨਿਹਚਲ ਪਏ ਤੇ ਉਹਨਾਂ ਦਾ ਜੰਮਣ ਮਰਨ ਖਤਮ ਹੋ ਗਿਆ ਤੇ ਨਿਹਚਲ ਹੋ ਗਏ ਉਹ ਸੱਚਖੰਡ ਚਲੇ ਗਏ ਤੇ ਤੁਸੀਂ ਥੋੜਾ ਜਿਹਾ ਸੈਕਿੰਡ ਟਾਈਮ ਕਿਵੇਂ ਟੁੱਟ ਗਏ ਉਹ ਵੀ ਹੁਣ ਐਕਸਪੀਰੀਅੰਸ ਸ਼ੇਅਰ ਕਰੋ ਵਾਹਿਗੁਰੂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਸੰਗਤ ਵਿੱਚ ਮੈਂ ਸਿੱਖਿਆ ਵੇ ਜਿਹਦੇ ਉੱਤੇ ਗੁਰੂ ਸਾਹਿਬ ਸਮਰਥ ਗੁਰੂ ਸਿਰ ਹੱਥ ਰਿਹਾ ਗੁਰੂ ਕਿੰਨੀ ਕਿਰਪਾ ਨਾਮ ਦਿਓ ਜਿਹਦੇ ਉੱਤੇ ਗੁਰੂ ਸਾਹਿਬ ਨੇ ਇੱਕ ਵਾਰੀ ਸੀਸ ਤੇ ਹੱਥ ਧਰ ਦਿੱਤਾ ਉਹ ਟੁੱਟਦਾ ਨਹੀਂ ਹੈ ਉਹਦੀ ਅਗਿਆਨਤਾ ਹੁੰਦੀ ਨਾ ਦੇਖੋ ਗੁਰੂ ਸਾਹਿਬ ਨੇ ਸਾਨੂੰ ਇੱਕ ਸਿਲੇਬਸ ਦਿੱਤਾ ਵੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸੰਗਤ ਸੇਵਾ ਸਿਮਰਨ ਜਦ ਬੰਦਾ ਗ੍ਰਸਤੀ ਜੀਵਨ ਹੁੰਦਾ ਹੈ ਨਾ ਉਹਦੇ ਉੱਤੇ ਕਾਫੀ ਬਰਡਨ ਆ ਜਾਂਦਾ ਵੇ ਦੇਖੋ ਉਸ ਸਮੇਂ ਵੀ ਬਾਣੀ ਦੀ ਵਿਚਾਰ ਨਹੀਂ ਸੀ ਬਾਣੀ ਵਿਚਾਰ ਸਟਾਰਟਿੰਗ ਹੋ ਗਈ ਸੀ ਲੇਕਿਨ ਓਨੀ ਨਹੀਂ ਸੀ ਕਿ ਬਾਣੀ ਅੰਦਰ ਵੱਸ ਜਾਏ ਤੇ ਬੰਦਾ ਜਦ ਜਦ ਮਾਇਆ ਦੇ ਪਿੱਛੇ ਭੱਜਦਾ ਹੈ ਨਾ ਤੇ ਗੁਰੂ ਸਾਹਿਬ ਨਾਲ ਟੁੱਟਦਾ ਚਲਾ ਜਾਂਦਾ ਕਨੈਕਸ਼ਨ ਈਵਨ ਮੈਨੂੰ ਜਦ ਜਦ ਮੈਂ ਗੁਰੂ ਸਾਹਿਬ ਦੇ ਨੇੜੇ ਗਿਆ ਵਾ ਸਿਮਰਨ ਕੀਤਾ ਵੇ ਮੈਨੂੰ ਗੁਰੂ ਸਾਹਿਬ ਨੇ ਦੁਨਿਆਵੀ ਪੱਖੋਂ ਜ਼ਰੂਰ ਮਜ਼ਬੂਤ ਕਰ ਦਿੱਤਾ ਵੇ ਲੇਕਿਨ ਅਧਿਆਤਮਕ ਪੱਖੋਂ ਮੈਨੂੰ ਕਮਜ਼ੋਰ ਹੋ ਗਿਆ ਵਾ ਉਹ ਮੇਰਾ ਸੈਕਿੰਡ ਟਾਈਮ ਸ਼ਾਰਟ ਵਿੱਚ ਸੈਕਿੰਡ ਟਾਈਮ ਦਾ ਦੱਸੋ ਕਿ ਕਿਵੇਂ ਟੁੱਟ ਗਏ ਕਿਹੜੇ ਕਾਰਨ ਹੀ ਮੇਨ ਕਾਰਨ ਕਿਹੜੇ ਰਹੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਕੁਛ ਉਹੀ ਅਰਦਾਸਾਂ ਹੀ ਕਰਕੇ ਟੁੱਟਿਆ ਵਾ ਕਿ ਮੇਰੇ ਕੋਈ ਗਲਤੀ ਹੋ ਗਈ ਜਾਂ ਮੇਰਾ ਸਿਮਰਨ ਟੁੱਟ ਗਿਆ ਸੀ ਜਾਂ ਮੈਂ ਅੰਮ੍ਰਿਤ ਵੇਲਾ ਨਹੀਂ ਹੋ ਪਾ ਰਿਹਾ ਸੀ ਸੰਗਤ ਡਿਸਟਰਬੈਂਸ ਹੋ ਗਈ ਸੀ ਸੰਗਤ ਨਹੀਂ ਹੋ ਪਾ ਰਹੀ ਸੀ ਥੋੜਾ ਜਿਹਾ ਸੁਣਿਆ ਜਿਵੇਂ ਨਾ ਤੁਹਾਡੀ ਪਿੱਛੋਂ ਫੈਮਿਲੀ ਨੇ ਵੀ ਕਿਹਾ ਹੈ ਕਿ ਕੋਈ ਠਈਆ ਬਣਾ ਲਾ ਕੋਈ ਕੰਮ ਕਰਿਆ ਕਰ ਤੂੰ ਕੀ ਕਰਦਾ ਰਹਿਣਾ ਐਸਾ ਸੀ ਕਿ ਮੈਂ ਜਿਹੜਾ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਵਾਂ ਤੇ ਉਸ ਸਮੇਂ ਮੇਰਾ ਕੰਮ ਕਾਜ ਨਹੀਂ ਹੈਗਾ ਸੀ ਜਦ ਮੇਰਾ ਦਸਮ ਦੁਆਰ ਖੁੱਲਿਆ ਸੀ ਤੇ ਮੈਨੂੰ ਘਰੋਂ ਕਾਫੀ ਪਰ ਕੰਮ ਕਰ ਕੀ ਤੂੰ ਸੰਗਤ ਦੇ ਪਿੱਛੇ ਲੱਗੇ ਰਹਿੰਦਾ ਵੇ ਕਿ ਸੱਚਖੰਡ ਕੀ ਹੈ ਸਭ ਮਤਲਬ ਘਰ ਵਾਲੇ ਦਾ ਸਪੋਰਟ ਨਹੀਂ ਹੈਗਾ ਸੀ ਤੇ ਇਹ ਸਭ ਚੀਜ਼ਾਂ ਮੈਂ ਭਾਈ ਸਾਹਿਬ ਨਾਲ ਸ਼ੇਅਰ ਕਰਦਾ ਸੀ ਭਾਈ ਸਾਹਿਬ ਕਹਿੰਦੇ ਸਨ ਤੂੰ ਨਿਰੋਲ ਸਿਮਰਨ ਕਰ ਤੇ ਬਾਣੀ ਪੜ ਤੇ ਮਾਇਆ ਤੇਰੇ ਪਿੱਛੇ ਆਪਣੇ ਆਪ ਆ ਜਾਏਗੀ ਮੈਂ ਕਿਹਾ ਠੀਕ ਹੈ ਭਾਈ ਸਾਹਿਬ ਜੀ ਮੈਂ ਕਰ ਰਿਹਾ ਵਾਂ ਲੇਕਿਨ ਕਾਫੀ ਪ੍ਰੈਸ਼ਰਾਈਜ਼ ਹੋਣ ਕਰਕੇ ਮੈਂ ਸੰਗਤ ਤੇ ਜਾਣਾ ਮੇਰਾ ਟੁੱਟ ਗਿਆ ਸੀ ਸਿਮਰਨ ਮੇਰਾ ਘੱਟ ਗਿਆ ਸੀ ਲੇਕਿਨ ਇਹ ਸਭ ਚੀਜ਼ਾਂ ਕਰਨ ਕਰਕੇ ਮੇਰਾ ਕਨੈਕਸ਼ਨ ਜ਼ਰੂਰ ਘੱਟ ਗਿਆ ਸੀ ਲੇਕਿਨ ਸਿਮਰਨ ਅੰਦਰ ਚੱਲ ਰਿਹਾ ਸੀ ਇਸ ਕਰਕੇ ਗੁਰੂ ਸਾਹਿਬ ਨੇ
ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਉਹਨਾਂ ਨੇ ਉਹ ਤੇ ਦੇ ਦਿੱਤੀ ਦੁਨਿਆਵੀ, ਹਾਂਜੀ, ਲੇਕਿਨ ਆਪਣੇ ਨਾਲ ਗੁਰੂ ਸਾਹਿਬ ਨੇ ਕਨੈਕਸ਼ਨ ਤੋੜ ਦਿੱਤਾ। ਕਿਉਂਕਿ ਗੁਰੂ ਸਾਹਿਬ ਉਸ ਸਮੇਂ ਸਮਝ ਰਹੇ ਸਨ ਕਿ ਇਹਦੀ ਨੀਡ ਕੀ ਹੈ, ਇਹਦੇ ਉੱਤੇ ਕਿਉਂ ਪ੍ਰੈਸ਼ਰ ਪੈ ਰਿਹਾ। ਦੇਖੋ ਗੁਰੂ ਸਾਹਿਬ ਨਾਲ ਜਿਹੜਾ ਇੱਕ ਵਾਰੀ ਜੁੜ ਗਿਆ ਉਹ ਟੁੱਟੇਗਾ ਨਹੀਂ। ਹਾਂਜੀ ਹਾਂਜੀ, ਦਰਸ਼ਨ ਨਾ ਹੋਣਾ ਹੋਣਾ ਇਹ ਗੁਰੂ ਸਾਹਿਬ ਦੇ ਹੱਥ ਦੀ ਖੇਡ ਹੈ। ਹਾਂਜੀ ਹਾਂਜੀ, ਲੇਕਿਨ ਇੱਕ ਵਾਰੀ ਜਿਹੜਾ ਬੰਦਾ ਗੁਰੂ ਸਾਹਿਬ, ਦੇਖੋ ਬੰਦਾ ਗੁਰੂ ਸਾਹਿਬ ਨਾਲ ਨਹੀਂ ਜੁੜਦਾ, ਗੁਰੂ ਸਾਹਿਬ ਬੰਦੇ ਨੂੰ ਆਪਣੇ ਨਾਲ ਜੋੜਦੇ ਨੇ। ਹਾਂਜੀ ਹਾਂਜੀ ਬਿਲਕੁਲ, ਉਹ ਅੱਜ ਕਥਾ ਚ ਵੀ ਹੋਈ ਗੱਲ, ਵਾਹਿਗੁਰੂ ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਆਏ। ਤੇ ਭਾਈ ਸਾਹਿਬ ਤੁਸੀਂ 2 ਵਾਰ ਗਏ ਕਿ 3 ਵਾਰ ਗਏ ਇਹ ਸੱਚਖੰਡ? 3 ਵਾਰੀ ਵਾਹਿਗੁਰੂ, 3 ਵਾਰੀ ਟੁੱਟ ਟੁੱਟ ਕੇ। ਤੀਜੇ ਥਰਡ ਟਾਈਮ ਵੀ ਇਹੀ ਪ੍ਰੋਬਲਮ ਆਈ? ਥਰਡ ਟਾਈਮ ਵਾਹਿਗੁਰੂ ਇਹ ਪ੍ਰੋਬਲਮ ਆਈ ਕਿ ਮੈਂ ਮਾਇਆ ਨੂੰ ਸੰਭਾਲ ਨਾ ਪਾਇਆ। ਜਦ ਮੈਂ ਸਟਾਰਟਿੰਗ ਸੰਗਤ ਨਾਲ ਜੁੜਿਆ ਸੀ ਮੈਂ ਕੱਖ ਨਹੀਂ ਸੀ। ਹਾਂਜੀ ਹਾਂਜੀ, ਤੇ ਉਹਦੇ ਬਾਅਦ ਜਦ ਮੈਂ ਸੰਗਤ ਕਰਦਾ ਗਿਆ, ਮਾਇਆ ਤੋਂ ਮਜ਼ਬੂਤ ਹੁੰਦਾ ਗਿਆ, ਸੇਵਾ ਕਰਦਾ ਗਿਆ, ਮੈਨੂੰ ਉਸ ਚੀਜ਼ ਨੂੰ ਸੰਭਾਲਣਾ ਨਹੀਂ ਆਇਆ। ਫਿਰ ਜਦ ਮੈਂ ਟੁੱਟ ਗਿਆ, ਮੈਂ ਤੀਜੀ ਵਾਰ ਜਦ ਟੁੱਟਿਆ ਤਾਂ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ ਤੇ ਭਾਈ ਸਾਹਿਬ ਕਹਿੰਦੇ ਨੇ ਹੁਣ ਤੂੰ ਸਿਰਫ ਆਪਣੀ ਬਾਣੀ ਵਿਚਾਰ ਦੀ ਸਟੱਡੀ ਵਧਾ, ਹੁਣ ਗੁਰੂ ਸਾਹਿਬ ਤੈਨੂੰ ਜਦ ਇੱਕ ਵਾਰੀ ਜੋੜ ਲਾਂਗੇ ਨਾ ਫਿਰ ਨਹੀਂ ਤੋੜਾਂਗੇ। ਕਿਉਂਕਿ ਜਿਹੜਾ ਬੰਦਾ ਇੱਕ ਵਾਰੀ ਬਾਣੀ ਵਿਚਾਰ ਨਾਲ ਜੁੜ ਗਿਆ ਔਰ ਉਹਦਾ ਦਸਮ ਦੁਆਰ ਖੁੱਲ ਗਿਆ, ਫਿਰ ਉਹ ਕਦੀ ਮਾਇਆ ਦੇ ਭੁਲੇਖਾ ਨਹੀਂ ਖਾਏਗਾ, ਮਾਇਆ ਉਹਨੂੰ ਟੱਪਲਾ ਕਦੀ ਨਹੀਂ ਮਾਰੇਗੀ। ਬਿਲਕੁਲ ਵਾਹਿਗੁਰੂ, ਚਲੋ ਗੁਰਬਾਣੀ ਦੇ ਵਿਚਾਰ ਬਹੁਤ ਕਰਿਆ ਕਰੋ, ਬਾਣੀ ਦੇ ਵਿਚਾਰ ਦੀ ਸੇਵਾ ਵੀ ਕਰਿਆ ਕਰੋ ਵਿੱਚ ਵਿੱਚ ਵਾਹਿਗੁਰੂ ਜੀ, ਤੇ ਨਾਲ ਆਪਣਾ ਸਿਮਰਨ ਵਧਾਓ। ਹੁਣ ਗੁਰੂ ਸਾਹਿਬ ਨੂੰ ਹੁਣ ਅਰਦਾਸਾਂ ਕਰੋ ਕਿ ਗੁਰੂ ਪਾਤਸ਼ਾਹ ਤੁਹਾਨੂੰ ਹੁਣ ਲੈ ਜਾਣ ਤਾਂ ਕਿ ਪਰਮਾਨੈਂਟ ਕਨੈਕਸ਼ਨ ਜਾ ਰਹੇ ਤੇ ਸੱਚਖੰਡ ਨਾਲ ਗੁਰੂ ਸਾਹਿਬ ਨਾਲ ਕਨੈਕਸ਼ਨ ਜੁੜ ਜਾਏ ਤੇ ਆਪਾਂ ਸਾਰੇ ਜਿਹੜੇ ਸਾਰੀ ਸੰਗਤ, ਮੇਰੀ ਸਾਰੀ ਸੰਗਤ ਦੀ ਆਲ ਓਵਰ ਵਰਲਡ ਸੰਗਤ ਦੀ ਬੇਨਤੀ ਹੈਗੀ ਹੈ ਕਿ ਸਾਰੀ ਸੰਗਤ ਇੱਕ ਵਾਰੀ ਅਰਦਾਸ ਕਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇੱਕ ਵਾਰੀ, ਤੇ ਹੁਣ ਜਿਹੜੀ ਬਾਣੀ ਵਿਚਾਰ ਚੱਲੀ ਹੈ ਉਹਦੇ ਵਿੱਚ ਮੈਨੂੰ ਆਨੰਦ ਆ ਰਿਹਾ ਵੇ, ਜਿਵੇਂ ਲੱਗ ਰਿਹਾ ਕਿ ਮੇਰੀ ਗੁਰੂ ਸਾਹਿਬ ਨਾਲ ਗੱਲਬਾਤ ਹੋ, ਬਾਣੀ ਦੀ ਰਾਹੀਂ ਹੋਣ ਲੱਗ ਪਈ ਹੈ। ਹਾਂਜੀ, ਇੱਕ ਥੋੜਾ ਜਿਹਾ ਸਵਾਲ ਆਇਆ ਵਾਹਿਗੁਰੂ ਕਿਸੇ ਦਾ ਗਰੁੱਪ ਦੇ ਵਿੱਚ, ਮੈਂ ਚੈਟ 'ਚ ਦੇਖਿਆ ਭਾਈ ਹਰਪ੍ਰੀਤ ਸਿੰਘ ਜੀ ਕਿ ਸੱਚਖੰਡ ਤੁਸੀਂ ਗਏ ਤੇ ਉੱਥੇ ਸਿਮਰਨ ਹੋ ਰਿਹਾ ਇੱਕ ਲੈ 'ਚ ਵਾਹਿਗੁਰੂ ਹੋ ਰਿਹਾ, ਤੁਸੀਂ ਕੀ ਉਵੇਂ ਹੁਣ ਬੋਲ ਕੇ ਕਰ ਸਕਦੇ ਆ? ਹਾਂਜੀ ਯਾਦ ਆ? ਹਾਂਜੀ ਹਾਂਜੀ ਹਾਂਜੀ, ਥੋੜਾ ਜਿਹਾ ਕਰੋਗੇ ਸਿਮਰਨ, 5 ਮਿੰਟ ਕਰਾਓਗੇ ਸਾਰੀ ਸੰਗਤ ਨੂੰ, ਸਾਰੇ ਪਿੱਛੇ ਬੋਲਦੇ ਆ ਤੁਹਾਡੇ। ਹਾਂਜੀ ਚਲੋ ਵਾਹਿਗੁਰੂ, 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 ਵਾਹਿਗੁਰੂ। ਬਹੁਤ ਧੰਨਵਾਦ ਆ ਵਾਹਿਗੁਰੂ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰਾਨਾ ਆ, ਏਦਾਂ ਹਾਜ਼ਰੀ ਲਾਉਂਦੇ ਰਹਿਣਾ ਆ ਵਾਹਿਗੁਰੂ ਜੀ। ਬੇਨਤੀ, ਇੱਕ ਬੇਨਤੀ ਹੋਰ ਕਰਨਾ ਚਾਹੁੰਦਾ। ਹਾਂਜੀ ਹਾਂਜੀ, ਬੱਚਿਆਂ ਦਾ ਜਾਂ ਵੱਡੇ ਦਾ ਦਸਮ ਦੁਆਰ ਖੁੱਲਦਾ ਜਿਹੜੇ ਸੱਚਖੰਡ ਜਾਂਦੇ ਨੇ, ਮਾਇਆ ਨੂੰ ਪਹਿਚਾਨਣ ਲਈ ਜਿਹੜਾ ਮੈਨੂੰ ਐਕਸਪੀਰੀਅੰਸ ਭਾਈ ਸਾਹਿਬ ਨੇ ਸ਼ੇਅਰ ਕੀਤਾ ਸੀ ਉਹ ਗੁਰੂ ਸਾਹਿਬ ਦਾ ਵੀ ਰੂਪ ਲੈ ਲੈਂਦੀ ਹੈ। ਹਾਂਜੀ, ਲੇਕਿਨ ਜਦ ਉਹਨੂੰ ਪਹਿਚਾਨਣਾ ਹੋਏ ਨਾ ਤੇ ਉਹ ਜਿਹੜੇ ਗੁਰੂ ਸਾਹਿਬ ਦਾ ਰੂਪ ਲੈਂਦੀ ਹੈ ਨਾ ਉਹਦੇ ਪੈਰਾਂ ਵੱਲ ਦੇਖੋ ਤੇ ਉਹਨੂੰ ਚਾਦਰਾਂ ਪਾਈਆਂ ਹੋਣਗੀਆਂ। ਹਾਂਜੀ ਹਾਂਜੀ, ਤੇ ਉਹ
ਉਹਦੇ ਬੋਲ ਹੀ ਗੁਰੂ ਸਾਹਿਬ ਬਦਲ ਕੇ ਆਉਂਗੇ, ਲੇਕਿਨ ਉਹਨੇ ਪੈਰਾਂ ਤੇ ਚਾਦਰਾਂ ਪਾਈਆਂ ਹੋਈਆਂ ਤੇ ਹੱਥਾਂ ਤੇ ਚੂੜੀਆਂ ਪਾਈਆਂ ਹੋਈਆਂ, ਤੇ ਕਈ ਐਸੀ ਚੀਜ਼ਾਂ ਹੈਗੀਆਂ ਨੇ ਜਿਹੜੀ ਇੰਨੀ ਮਾਇਆ ਇੰਨੀ ਬਲਸ਼ਾਲੀ ਹੈ ਕਿ ਉਹ ਹਾਂਜੀ ਜੀਵ ਨੂੰ ਪਟਕਾਉਣ ਲਈ ਕੋਈ ਵੀ ਰੂਪ ਲੈ ਸਕਦੀ, ਈਵਨ ਗੁਰੂ ਸਾਹਿਬ ਦਾ ਵੀ ਰੂਪ ਲੈ ਹਾਂਜੀ ਸਕਦੀ। ਬਿਲਕੁਲ ਵਾਹਿਗੁਰੂ, ਬਹੁਤ ਧੰਨਵਾਦ ਆ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੇਖ ਰਹੇ ਹੋ ਰੱਬ ਦਾ ਕੈਮਰਾ ਚੈਨਲ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਪ੍ਰੈਸ ਕਰੋ ਬੈਲ ਆਈਕਨ ਬਟਨ ਨੂੰ ਤਾਂ ਜੋ ਨਵੀਂ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦੀ ਰਹੇ। ਵੀਡੀਓ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਸੇਵਾਦਾਰਾਂ ਨਾਲ ਸੰਪਰਕ ਕਰੋ। ਸਾਡੇ ਨੰਬਰ ਫਲੈਸ਼ ਹੋ ਰਹੇ ਹਨ ਸਕਰੀਨ ਦੇ ਉੱਤੇ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਸਾਡੇ ਨੰਬਰ ਦਿੱਤੇ ਹੋਏ ਹਨ। ਕਿਰਪਾ ਕਰਕੇ ਕੰਟੈਕਟ ਕਰੋ ਅਤੇ ਆਪਣਾ ਸੁਝਾਅ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।